ਅੱਜ ਸਾਡਾ ਪ੍ਰੈਸ ਕਾਨਫਰੰਸ ਕਰਨ ਦਾ ਮੇਨ ਮਕਸਦ ਹੈਗਾ ਕਿ ਜਿਹੜਾ ਸੰਗਰੂਰ ਲੋਕ ਸਭਾ ਹਲਕਾ ਹੈਗਾ ਉਹਨਾਂ ਦੇ ਜਿਹੜੇ ਕੈਂਡੀਡੇਟ ਹੈਗੇ ਆ ਗੁਰਮੀਤ ਮੀਤ ਹੇਅਰ, ਸਭ ਤੋਂ ਪਹਿਲਾਂ ਅੱਜ ਲੋਕਾਂ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜਿਹੜੀ ਲੋਕਾਂ ਨੇ ਵੋਟਾਂ ਪਾਉਣੀਆਂ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਪੂਰੇ ਦੇਸ਼ ਦੇ ਵਿੱਚ ਇਹਨਾਂ ਦਾ ਕਾਂਗਰਸ ਦੇ ਨਾਲ ਗਠਬੰਧਨ ਹੈਗਾ, ਗੁਰਮੀਤ ਮੀਤ ਹੇਅਰ ਅਤੇ ਆਮ ਆਦਮੀ ਪਾਰਟੀ ਪੂਰੀ ਜਵਾਬ ਦੇਵੇ ਕਿ ਬਾਕੀ ਸਟੇਟਾਂ ਦੇ ਵਿੱਚ ਅਤੇ ਇਹ ਗਠਬੰਧਨ ਕਰਕੇ ਲੜ ਰਹੇ ਆ ਅਤੇ ਪੰਜਾਬ ਦੇ ਆਵਾਮ ਨੂੰ, ਪੰਜਾਬ ਦੀ ਆਵਾਮ ਨੂੰ ਕਿਉਂ ਮੂਰਖ ਬਣਾਇਆ ਜਾ ਰਿਹਾ ਹੈਗਾ, ਇਹ ਇਹਨਾਂ ਦੇ ਸਹੁਰਾ ਸਾਹਿਬ ਹੈਗੇ ਆ। ਦਿਖਾਓ ਜੀ, ਇਹ ਇਹਨਾਂ ਦੇ ਸਹੁਰਾ ਸਾਹਿਬ ਹੈਗੇ ਆ, ਭੁਪਿੰਦਰ ਸਿੰਘ ਬਾਜਵਾ ਜੀ ਗਏ ਆ, ਇਹ WFI ਜਿਹੜੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੀ ਅਡਹੋਕ ਕਮੇਟੀ ਦੇ ਮੈਂਬਰ ਹੈਗੇ ਆ, ਜਿਹੜਾ ਕਿ ਦੇਸ਼ ਨੂੰ ਰੀਪ੍ਰਜੈਂਟ ਕਰਦਾ WFI ਕੁਸ਼ਤੀ ਵਜੋਂ, ਓਲੰਪਿਕ ਵਜੋਂ, ਅਤੇ ਦੇਸ਼ ਦਾ ਇਹ WFI ਦਾ ਮਹਿਕਮਾ ਹੈਗਾ ਜਿਹਨੂੰ ਕੇਂਦਰ ਸਰਕਾਰ ਦੇਖਦਾ ਹੈਗਾ, ਅਤੇ ਕੇਂਦਰ ਸਰਕਾਰ ਜਦੋਂ ਦੇਖਦਾ ਹੈਗਾ ਅਤੇ ਇਹ ਇੱਥੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਨਾਲ ਮੀਤ ਹੇਅਰ ਦਾ ਪ੍ਰਚਾਰ ਕਰ ਰਹੇ ਆ। ਪਹਿਲਾਂ ਤਾਂ ਇੱਕ ਇਹ ਦੱਸੇ ਇੱਕ ਇੰਡੀਆ ਗਠਬੰਧਨ ਅਤੇ ਉਹਦੇ ਨਾਲ ਨਾਲ ਇਹ ਆਮ ਆਦਮੀ ਪਾਰਟੀ ਜਵਾਬ ਦੇਵੇ ਕਿ ਇਹ ਸੰਗਰੂਰ ਦੇ ਲੋਕ ਇਹਨਾਂ ਨੂੰ ਵੋਟ ਕਿਉਂ ਪਾਉਣਗੇ, ਕਿਆ ਸੰਗਰੂਰ ਦੇ ਲੋਕ ਇਹਨਾਂ ਨੂੰ ਵੋਟ ਇਸ ਲਈ ਪਾਉਣਗੇ ਕਿ ਇਹ ਇੰਡੀਆ ਗਠਬੰਧਨ ਕਰਨ, ਕਿਆ ਸੰਗਰੂਰ ਦੇ ਲੋਕ ਵੋਟ ਇਹਨਾਂ ਨੂੰ ਇਸ ਕਰਕੇ ਪਾਉਣਗੇ ਕਿ ਇਹ BJP ਦੇ ਨਾਲ ਰਲ ਕੇ, ਇੱਥੇ ਤੁਸੀਂ ਦੇਖੋ ਸਾਫ਼ ਸਾਫ਼ ਇਹ BJP ਪ੍ਰਚਾਰ ਕਰ ਰਹੀ ਹੈ, ਅਤੇ ਤੁਹਾਨੂੰ ਇਹ ਮੈਂ ਦੱਸਣ ਲੱਗਾ, ਇੱਥੇ ਤੁਹਾਨੂੰ ਇਹ ਗੱਲ ਦੱਸਣੀ ਜ਼ਰੂਰੀ ਹੈਗੀ ਹੈ। ਮੀਤ ਹੇਅਰ ਦੀ ਕਾਰਗੁਜ਼ਾਰੀ ਬਾਰੇ ਭਗਵੰਤ ਮਾਨ ਨੂੰ ਪਹਿਲਾਂ ਪਤਾ ਹੈਗਾ ਸੀ, ਅਤੇ ਉਹਨੇ ਭਗਵੰਤ ਮਾਨ ਨੇ ਇਹਨੂੰ ਇਹ ਮਹਿਕਮੇ ਤੋਂ ਵਾਪਸ ਖੋਲ੍ਹੇ ਸੀ, ਕਿਉਂਕਿ ਭਗਵੰਤ ਮਾਨ ਨੂੰ ਪਤਾ ਸੀ ਕਿ ਇਹ ਕਾਬਲ ਆਦਮੀ ਨਹੀਂ ਗਾ ਮੀਤ ਹੇਅਰ। ਜਦੋਂ ਇਹਨਾਂ ਦੀ ਸਰਕਾਰ, ਇਹਨਾਂ ਦੇ ਮੁੱਖ ਮੰਤਰੀ ਨੂੰ ਲੱਗਦਾ ਕਿ ਇਹ ਕਾਬਲ ਨਹੀਂ ਗਾ, ਅਤੇ ਸੰਗਰੂਰ ਦੀ ਆਵਾਮ ਕਿੱਦਾਂ ਇਹਨਾਂ 'ਤੇ ਭਰੋਸਾ ਕਰੇ? ਸੰਗਰੂਰ ਦੀ ਆਵਾਮ ਨੂੰ ਪਤਾ ਹੋਣਾ ਚਾਹੀਦਾ, ਜਾਗਦੇ ਜ਼ਮੀਰ ਵਾਲੇ ਲੋਕ ਹੈ, ਕਿ ਉਹਨਾਂ ਨੇ ਵੋਟਾਂ ਕਿਸ ਲਈ ਪਾਉਣੀਆਂ? ਉਹਨਾਂ ਨੇ ਵੋਟਾਂ ਦਲ ਬਦਲੂਆਂ ਨੂੰ ਪਾਉਣੀਆਂ ਕਿ ਉਹਨਾਂ ਨੇ ਵੋਟਾਂ ਇੱਕ ਸੱਚੇ ਸੁੱਚੇ ਕਿਰਦਾਰ ਵਾਲੇ ਨੂੰ ਪਾਉਣੀ ਹੈਗੀਆਂ ਜਿਨ੍ਹਾਂ ਦਾ ਹਮੇਸ਼ਾ ਸਟੈਂਡ ਹੈ? ਮੈਂ ਤੁਹਾਨੂੰ ਇਸ ਚੈਨਲਾਂ ਦੇ ਰਾਹੀਂ ਦੱਸਣਾ ਚਾਹੁੰਦਾ ਕਿ ਇਹਨਾਂ ਨੇ ਇਸ ਟਾਈਮ ਜਿੱਤ ਕੇ ਇਹਨੇ BJP ਦੇ ਵਿੱਚ ਜਾਣਾ, ਕਿਉਂਕਿ BJP ਦੀ ਸਾਰੀ ਲੀਡਰਸ਼ਿਪ ਇਸ ਪਾਰਟੀ ਦੀ ਕੰਪੇਨ ਕਰ ਰਹੀ ਹੈ, ਇਸ ਪਾਰਟੀ ਦੀ ਵਾਈ ਸੁਰੱਖਿਆ ਦੇ ਨਾਲ ਕੰਪੇਨਸ ਹੋ ਰਹੀਆਂ, BJP ਦੀ ਵਾਈ ਸੁਰੱਖਿਆ ਦੇ ਨਾਲ ਨਾਲ ਕੰਪੇਨ ਹੋ ਰਹੀਆਂ। ਇਹਦੇ ਨਾਲ ਨਾਲ ਮੈਂ ਤੁਹਾਨੂੰ ਦੱਸਣ ਲੱਗਾ ਕਿ ਪੰਜਾਬ ਦੇ ਲੋਕਾਂ ਦੇ ਵੋਟਰਾਂ ਨੂੰ ਜਵਾਬ ਦੇਣ ਪੰਜਾਬ ਦੇ ਮੁੱਖ ਮੰਤਰੀ ਸਾਹਿਬ, ਇਹ ਮੇਰਠ ਦਾ ਅਖਬਾਰ ਹੈਗਾ, ਮੇਰਠ ਦੇ ਅਖਬਾਰਾਂ ਦੇ ਵਿੱਚ ਇਹ ਤੁਸੀਂ ਦੇਖੋ, ਕੋਈ ਪ੍ਰਿੰਟ ਨਹੀਂ ਗਾ ਜੀ, ਇਹ ਪੰਜਾਬ ਗੌਰਮੈਂਟ ਨੇ ਕਿਹਾ ਇਹ ਲੋਕਾਂ ਦੇ ਟੈਕਸ ਦੀ ਮਿਹਨਤ ਦੀ ਕਮਾਈ ਦਾ ਪੈਸਾ ਇੱਦਾਂ ਦੂਜੀ ਸਟੇਟਾਂ ਦੇ ਵਿੱਚ ਉਡਾਉਣਾ ਹੈਗਾ, ਇਹ ਉਹਨਾਂ ਨੇ ਵਾਅਦਾ ਕੀਤਾ ਸੀ, ਇਹ ਉਹ ਵਾਅਦਿਆਂ ਦੇ ਜਵਾਬ ਦੇਣ, ਕਿਉਂਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਆਪ ਦੇ ਹਲਕੇ ਲਈ ਜਿਹੜੇ ਕਾਰਜ ਕੀਤੇ ਹੈ ਕਿ ਸੰਗਰੂਰ ਨੂੰ ਦੇਸ਼ ਦਾ ਪਹਿਲਾ ਐਸਾ ਸ਼ਹਿਰ ਬਣਾ ਦਿੱਤਾ ਹੈਗਾ ਜਿਹਦੀ ਸਾਰੀ ਵਾਇਰਿੰਗ, ਇੱਕ ਵੀ ਤਾਰ ਬਾਹਰ ਨਜ਼ਰ ਨਹੀਂ ਆਉਣੀ, ਇਹਨਾਂ ਨੇ ਕੀ ਡਿਵੈਲਪਮੈਂਟ ਕੀਤੀ? ਇਹਨਾਂ ਨੇ ਝੂਠ ਬੋਲਿਆ, ਇਹ ਸਿਰਫ ਇੱਕ ਕਹਿੰਦੇ ਕਿ ਅਸੀਂ ਬਿਜਲੀ ਸਸਤੀ ਕੀਤੀ, ਇਹਦੇ ਨਾਲ ਨਾਲ ਇਹ ਜਵਾਬ ਦੇਣ ਕੇ ਇਹਨਾਂ ਨੇ NOCਆਂ ਕਿਉਂ ਲਿਆਂਦੀਆਂ ਸੀ, NOC ਦੀ ਸ਼ਰਤ ਕਿਆ ਇਹਨਾਂ ਨੇ ਕੀਤੀ ਸੀ ਗਰੰਟੀਆਂ ਵਜੋਂ? ਕਿਆ ਇਹਨਾਂ ਨੇ ਇਹ ਗਰੰਟੀ ਕੀਤੀ ਸੀ ਸੰਗਰੂਰ ਦੇ ਵੋਟਰਾਂ ਨੂੰ, ਇਹ ਗਰੰਟੀ ਕੀਤੀ ਸੀ ਕਿ ਇੱਥੇ ਪੰਜਾਬ ਦਾ ਸੂਬਾ ਕਰਜਾਈ ਕਰਨਗੇ? ਇਹਨਾਂ ਨੇ ਇਹ ਗਰੰਟੀ ਕੀਤੀ ਸੀ ਕਿ ਅਸੀਂ ਤਾਂ ਰੇਤਾ ਸਸਤੀ ਕਰਾਂਗੇ? ਨਾਲੇ ਮੈਂ ਸਭ ਤੋਂ ਵੱਡੀ ਗੱਲ
ਅੱਜ ਸੰਗਰੂਰ ਦੇ ਵੋਟਰਾਂ ਨੂੰ ਦੱਸਣਾ ਚਾਹੁੰਦਾ। ਇਹਨਾਂ ਨੇ ਕਿਹਾ ਸੀ ਕਿ ਅਸੀਂ ਸੂਬਾ ਸਰਪਲਸ ਕਰਾਂਗੇ, ਕਿ ਇਹਨਾਂ ਕੋਲ ਸਰਪਲਸ ਕਰਨ ਦਾ ਕੀ ਜਾਦੂ ਦੀ ਛੜੀ ਸੀ ਜਿਹਦੇ ਕਰਕੇ 92 MLA ਦਾ ਮੈਂਡੇਟ ਦਿੱਤਾ ਇਹਨਾਂ ਨੂੰ। ਇਹ ਕਹਿੰਦੇ ਸੀ ਅਸੀਂ ਸੂਬਾ ਸਰਪਲਸ ਕਰਾਂਗੇ। ਇੱਕ IRS ਆਫਿਸਰ ਹੈਗਾ, ਅਰਵਿੰਦ ਕੇਜਰੀਵਾਲ IRS ਆਫਿਸਰ ਰਿਹਾ, ਔਰ ਕੋਲ ਬਹੁਤ ਸਾਰੀਆਂ ਚੀਜ਼ਾਂ ਆਈਆਂ, ਕਿਹੜੇ ਪੈਸੇ ਕਿੱਥੋਂ ਆਉਣੇ ਆ, ਕਿਹੜਾ ਟੈਕਸ ਕਿੱਥੋਂ ਬਚਣਾ, ਉਹਦੇ ਨਾਲ ਸੂਬਾ ਸਰਪਲਸ ਕਰਾਂਗੇ। ਪਰ ਸੂਬਾ ਦਿਨੋਂ ਦਿਨ ਕਰਜ਼ਾਈ ਹੁੰਦਾ ਜਾ ਰਿਹਾ। ਸਾਰੇ ਦੇ ਸਾਰੇ MLA ਪਹਿਲਾਂ ਹੀ ਕਾਂਗਰਸ ਦੇ ਲਿੱਤੇ ਹੋਏ ਸੀ ਇਹਨਾਂ ਨੇ, ਅਤੇ ਅੱਜ BJP ਇਹਨਾਂ ਦੀ ਇਸ ਸੰਗਰੂਰ ਦੇ ਵਿੱਚ ਖੁੱਲ੍ਹ ਕੇ ਹਮਾਇਤ ਕਰ ਰਹੀ ਹੈ। ਜਾਂ ਤਾਂ BJP ਸਰਕਾਰ ਜਵਾਬ ਦੇਵੇ ਕਿ ਉਹਨਾਂ ਦੀ ਅਡਹੋਕ ਕਮੇਟੀ ਦੇ ਮੈਂਬਰ ਇੱਥੇ ਕੀ ਕਰ ਰਹੇ ਹੈ, ਮੀਤ ਹੇਰ ਦੀ ਚੋਣ ਪ੍ਰਚਾਰ ਕਰ ਰਹੇ ਹੈ, ਕਿਆ ਉਹਨਾਂ ਦੀ ਪਾਰਟੀ ਦਾ ਕੋਈ ਸਿਧਾਂਤ ਨਹੀਂ, ਕਿਆ ਉਹ ਗੌਰਮੈਂਟ ਦੀ ਸੁਰੱਖਿਆ ਲੈ ਕੇ ਇੱਥੇ ਕੀ ਆਈਡੀਓਲੋਜੀ ਹੈਗੀ ਹੈ ਲੋਕਾਂ ਨੂੰ ਲੁਭਾਉਣ ਵਾਸਤੇ, ਉਹਨਾਂ ਨੂੰ ਦਿਖਾਉਣ ਵਾਸਤੇ ਕਿ ਮੀਤ ਹੇਰ ਇੱਕ ਬੜਾ ਪ੍ਰਭਾਵਸ਼ਾਲੀ ਇਨਸਾਨ ਹੈਗਾ। ਅਤੇ ਇਸ ਲਈ ਇਹ ਚੀਜ਼ ਤੁਸੀਂ ਸੋਚ ਕੇ ਚੱਲਣਾ ਚਾਹੀਦਾ ਹੈ। ਸੰਗਰੂਰ ਦੇ ਵੋਟਰਾਂ ਨੂੰ ਪਤਾ ਹੋਣਾ ਚਾਹੀਦਾ ਉਹਨਾਂ ਨੇ ਆਪਣੀ ਮੱਤ ਦਾ ਦਾਨ ਕਰਨਾ ਹੈ। ਪਹਿਲਾਂ ਉਹਨਾਂ ਨੇ ਆਪਣੀ ਮੱਤ ਦਾ ਦਾਨ ਕੀਤਾ ਹੈਗਾ ਸੀ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਹੱਕ ਦੇ ਵਿੱਚ। ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸੱਚ ਅਤੇ ਝੂਠ ਕੀ ਹੈਗਾ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ TV, ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ 'ਤੇ ਕਲਿੱਕ ਕਰੋ।